ਇਹ ਗੁਰਬਾਣੀ ਉਸ ਅਵਸਥਾ ਦੇ ਵਿੱਚ ਹੋਈ ਗਈ ਹੈ ਜਿੱਥੇ ਮਹਾਰਾਜ ਕਹਿੰਦੇ ਜੋ ਦਾ ਦੁੱਖ ਮੈਂ ਦੁੱਖ ਨਹੀਂ ਮੰਨਿਆ, ਸੁੱਖ ਸਨੇਹ ਅਰ ਭੈ ਨਹੀਂ ਜਾਗੈ ਕਿੰਚਨ ਮਾਟੀ ਮੰਨਿਆ। ਜਿਹਨਾਂ ਨੇ ਦੁੱਖ ਨੂੰ ਦੁੱਖ ਨਹੀਂ ਮੰਨਿਆ ਤੇ ਸੁੱਖ ਦਾ ਲਾਲਚ ਨਹੀਂ ਕੀਤਾ, ਜਿਹਨਾਂ ਨੇ ਜ਼ਿੰਦਗੀ ਨੂੰ ਪਿਆਰ ਨਹੀਂ ਕੀਤਾ ਤੇ ਮੌਤ ਤੋਂ ਡਰੇ ਨਹੀਂ, ਇਹ ਉਹਨਾਂ ਦੇ ਹਿਰਦੇ ਵਿੱਚੋਂ ਨਿਕਲੇ ਹੋਏ ਬੋਲ ਨੇ, ਅਡੋਲ ਹਿਰਦਿਆਂ ਵਿੱਚ ਨਿਕਲੇ ਹੋਏ ਬੋਲ ਨੇ, ਇਹ ਅਡੋਲ ਕਰ ਗਏ। ਇਸ ਲਈ ਇੱਕ ਬੇਨਤੀ ਕਰਾਂ, ਜਦੋਂ ਵੀ ਕੋਈ ਭਾਣਾ ਵਰਤਦਾ ਆਪਾਂ ਅਕਸਰ ਵੇਖਦੇ ਵੀ ਘਰੇ ਬਾਣੀ ਦਾ ਪਾਠ ਕਰਵਾਇਆ ਜਾਂਦਾ, ਸਹਿਜ ਪਾਠ, ਅਖੰਡ ਪਾਠ, ਫਿਰ ਕੀਰਤਨ ਹੁੰਦਾ, ਕਥਾ ਹੁੰਦੀ ਹੈ। ਇਹ ਆਪਣੇ ਨੂੰ ਪਤਾ ਨਹੀਂ ਕਿਉਂ ਕਰਾਇਆ ਜਾਂਦਾ, ਇੱਕ ਤੇ ਉੱਤਰ ਇਹਦਾ ਹੋਵੇਗਾ ਜੀ ਮਰਿਆਦਾ ਨਹੀਂ ਸਾਡੀ, ਮਰਿਆਦਾ ਬਿਲਕੁਲ ਨਹੀਂ, ਇਹ ਕਰਵਾਉਣਾ ਜੀ ਘਰੇ ਸਹਿਜ ਪਾਠ ਵੀ ਹੋਵੇ, ਕੀਰਤਨ ਵੀ ਹੋਵੇ, ਕਥਾ ਵੀ ਹੋਵੇ, ਪਰ ਇੱਕ ਕਾਹਦੇ ਵਾਸਤੇ? ਮਰਿਆਦਾ ਤੇ ਹੈ ਪਰ ਮਰਿਆਦਾ ਵੀ ਤਾਂ ਕਿਸੇ ਕੰਮ ਲਈ ਆ, ਕੋਈ ਕਾਰਨ ਹੋਵੇ। ਹੁਣ ਸਾਡਾ ਜਵਾਬ ਇਹ ਆਉਣਾ ਜੀ ਜਿਹੜਾ ਪ੍ਰਾਣੀ ਚੜ੍ਹਾਈ ਕਰ ਗਿਆ ਜਾਂ ਸਾਡਾ ਪਿਆਰਾ ਵਿਛੜ ਗਿਆ ਉਹਦੇ ਵਾਸਤੇ। ਪਰ ਮੈਂ ਤੁਹਾਨੂੰ ਕੁਛ ਦੱਸ ਸਕਦਾ ਜੀ, ਜਿੰਨੇ ਤੁਸੀਂ ਇੱਥੇ ਬੈਠੇ ਹੋ, ਸਰਦਾਰ ਅਮਰਿੰਦਰ ਸਿੰਘ ਵਿਛੜ ਚੁੱਕੇ ਨੇ ਸਾਡੇ ਸਰੀਰ ਦੇ, ਆਪ ਨਹੀਂ ਕਦੇ ਮਰਿਆ, ਗੁਰਿੰਦਰ ਸਿੰਘ ਨਹੀਂ ਕਦੇ ਮਰਿਆ, ਸਰੀਰ ਮਰਿਆ, ਸਰੀਰ ਵਿਛੜਿਆ, ਆਤਮਾ ਨਹੀਂ ਕਦੇ ਮਰਦੀ। ਆਪਾਂ ਆਖਾਂਗੇ ਜੀ ਸਹਿਜ ਪਾਠ ਹੋਇਆ, ਕੀਰਤਨ ਕਥਾ ਹੋਈਆਂ, ਇਹਨਾਂ ਦੀ ਹੋਈ, ਪਰ ਮੈਂ ਤੁਹਾਨੂੰ ਪੁੱਛਦਾ ਜੀ ਗੁਰਿੰਦਰ ਸਿੰਘ ਜੀ ਕਿੱਥੇ ਹੈ? ਜਦੋਂ ਘਰ 'ਚ ਸਹਿਜ ਪਾਠ ਹੋਇਆ ਉੱਥੇ ਕਿੱਥੇ ਸਨ? ਹੁਣ ਕੀਰਤਨ ਹੋਇਆ, ਹੁਣ ਕਥਾ ਹੋ ਰਹੀ ਹੈ, ਕੌਣ ਸੁਣ ਰਿਹਾ? ਪਾਠ ਕਿਹਨੇ ਸੁਣਿਆ, ਕੀਰਤਨ ਕਿਹਨੇ ਸੁਣਿਆ, ਕਥਾ ਕੌਣ ਸੁਣਦਾ ਪਿਆ? ਅਤੇ ਆਪਾਂ ਨੇ ਕਹਿਣਾ ਜੀ ਆਪਾਂ, ਅਸੀਂ ਸੁਣਿਆ ਜੀ ਪਾਠ, ਅਸੀਂ ਕੀਰਤਨ ਵੀ ਸੁਣਿਆ, ਅਸੀਂ ਕਥਾ ਵੀ ਸੁਣਿਆ, ਫਿਰ ਜਿਹਨਾਂ ਨੇ ਸੁਣਿਆ ਪਾਠ ਵੀ ਤਾਂ ਉਹਨਾਂ ਦੀ ਹੋਣਾ, ਫਿਰ ਇਹ ਕੀਰਤਨ ਵੀ ਉਹਨਾਂ ਦੀ, ਕਥਾ ਵੀ ਉਹਨਾਂ ਦੀ। ਗੱਲ ਸਮਝੋ ਧਿਆਨ ਨਾਲ, ਦੁੱਖ ਸਾਡੇ 'ਤੇ ਆਇਆ, ਦੁੱਖ ਪਰਿਵਾਰ 'ਤੇ ਆਇਆ, ਰੋਹ ਪਰਿਵਾਰ ਰਿਹਾ, ਦੁਖੀ ਪਰਿਵਾਰ ਹੋ ਰਿਹਾ, ਡੋਲ ਕੱਢ ਰਿਹਾ ਪਰਿਵਾਰ, ਅਤੇ ਬਾਣੀ ਵੀ ਫਿਰ ਪਰਿਵਾਰ ਵਾਸਤੇ, ਕੀਰਤਨ ਵੀ ਪਰਿਵਾਰ ਵਾਸਤੇ, ਕਥਾ ਵੀ ਪਰਿਵਾਰ ਦੇ ਵਾਸਤੇ। ਭਰਮ ਚੁਕਾਇਆ, ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਮੇਰੇ ਗੁਰੂ ਨੇ ਇੱਕ ਵੱਡਾ ਭਰਮ ਦੂਰ ਕਰਤਾ, ਨਾ ਕੋਈ ਮਰੈ ਨਾ ਆਵੈ। ਰਾਮ ਕਰੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ, ਸਾਚਾ ਨਾਮ ਮੇਰਾ ਆਧਾਰੂ, ਕਰਮੀ ਆਪੋ ਆਪਣੀ,
ਤਨ ਆਰਿਆਂ ਨਾਲ ਚਰਾਏ ਗਏ ਉਬਲਦੀਆਂ ਹੋਈਆਂ ਦੇਵਾਂ ਵਿੱਚ ਉਬਾਲੇ ਗਏ ਗੁਰੂ ਘਰ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾ ਸੁਵਾਸਾ ਸੰਗ ਨੇ ਵਾਹੇ ਜਿਨ੍ਹਾਂ ਵਰਤਮਾਨ ਅਤੇ ਪੁਰਾਤਨ ਸਮੇਂ ਦੇ ਮਹਾਨ ਸਿੰਘਾਂ ਸਿੰਘਣੀਆਂ ਝੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਦੇ ਪਾਵਨ ਪਵਿੱਤਰ ਹੁਕਮਨਾਮੇ ਸੁਣਾ ਕੇ ਸੰਗਤ ਨੂੰ ਨਿਹਾਲੋ ਨਿਹਾਲ ਗੁਰੂ ਹੁਕਮਨਾਮਿਆਂ ਦੇ ਰੇਹ ਹਸਤੀਆਂ ਉੱਤੇ ਚੱਲਣ ਦਾ ਬਲ ਬਖਸ਼ੋ ਜੀ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਜਲਦੀ ਤੇਰੇ ਵਾਹਿਗੁਰੂ ਜੀ ਕਾ ਖਾਲਸਾ। ਸਰਦਾਰ ਜਰਨੈਲ ਸਿੰਘ ਉਹਨਾਂ ਦਾ ਇਕਲੌਤਾ ਬੇਟਾ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲਿਆ ਗਿਆ ਹੈ। ਇਹ ਐਸਾ ਦੁੱਖ ਹੈ ਨਾ ਕਿਹਾ ਜਾ ਸਕਦਾ ਸਾਸਰ ਦੀ ਨਾ ਸਿਹਾ ਜਾ ਸਕਦਾ ਸਹਿ ਅਵੈ ਬਹੁਤ ਵੱਡਾ ਦੁੱਖ ਔਰ ਬੋਲਣ ਨੂੰ ਵੀ ਮਨ ਨਹੀਂ ਕਰ ਰਿਹਾ ਮੈਂ ਬੋਲਣਾ ਤਾਂ ਵੀ ਨਹੀਂ। ਜਿਸ ਦਿਨ ਤੋਂ ਇਹ ਭਾਣਾ ਵਾਪਰਿਆ ਸਰਦਾਰ ਕਰਨੈਲ ਸਿੰਘ ਉਹਨਾਂ ਨਾਲ ਦੁੱਖ ਸਾਂਝਾ ਕਰਕੇ ਗਏ ਨੇ ਇਸ ਤੋਂ ਵੱਡਾ ਕੋਈ ਚਾਰਾ ਨਹੀਂ। ਗੁਰੂ ਦੀ ਹਾਜ਼ਰੀ ਸੰਗਤ ਬੈਠ ਕੇ ਅਰਦਾਸ ਹੋਈ ਹੈ ਗੁਰੂ ਕਿਰਪਾ ਕਰੇ ਇਸ ਪਰਿਵਾਰ ਨੂੰ ਵੀਰ ਕਰਨੈਲ ਸਿੰਘ ਨੂੰ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ ਔਰ ਪਰਿਵਾਰ ਵੱਲੋਂ ਹੁਕਮ ਹੋਇਆ ਆਈ ਹੋਈ ਸੰਗਤ ਦਾ ਕੋਟਨ ਕੋਟ ਧੰਨਵਾਦ ਕੀਤਾ ਜਾਂਦਾ ਹੈ ਪਰਿਵਾਰ ਵੱਲੋਂ। ਤੁਸੀਂ ਆ ਕੇ ਪਰਿਵਾਰ ਨੂੰ ਢਾਸ ਦਿੱਤੀ ਹੈ ਤੁਹਾਡਾ ਸਾਰਿਆਂ ਦਾ ਇੱਕ ਇੱਕ ਕਦਮ ਚੱਲਿਆ ਪਰਿਵਾਰ ਦੇ ਸਿਰ ਮੱਥੇ ਹੈ ਭੁੱਲ ਚੁੱਕ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਆਈ ਹੋਈ ਸਾਧ ਸੰਗਤ ਦਾ ਧੰਨਵਾਦ ਕਰਦੇ ਹਾਂ ਔਰ ਬੇਨਤੀ ਹੈ ਕਿ ਚਾਹ ਦਾ ਲੰਗਰ ਤਿਆਰ ਹੈ ਚਾਹ ਜ਼ਰੂਰ ਛੱਕ ਕੇ ਜਾਣੀ ਹੈ। ਜਿਸ ਮਾਈ ਭਾਈ ਨੇ ਪ੍ਰਸ਼ਾਦਾ ਨਹੀਂ ਛਕਿਆ ਉਹ ਪ੍ਰਸ਼ਾਦਾ ਲੈ ਕੇ ਜਾਣ ਦੀ ਸਿੱਖਿਆ ਕਰੇ। ਇੱਕ ਵਾਰ ਫਿਰ ਧੰਨਵਾਦ ਕਰਦੇ ਹੋਏ ਮਾਫ਼ੀ ਚਾਹੁੰਦੇ ਹਾਂ ਜੇ ਕੋਈ ਗਲਤੀ ਹੋ ਗਈ ਹੋਵੇ ਜਾਂ ਕੋਈ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਨੇ ਸਾਰਿਆਂ ਨੂੰ ਆਪਣੇ ਕੋਲ ਬੁਲਾਇਆ ਸੀ ਸਾਰੇ ਸਗੇ ਸੰਬੰਧੀਆਂ ਨੂੰ ਭੈਣਾਂ ਭਰਾਵਾਂ ਨੂੰ ਸੰਗਤ ਨੂੰ। ਜਦੋਂ ਮਹਾਰਾਜ ਨੇ ਆਖਿਆ ਨਾ ਗੁਰੂ ਬੋਲਦੇ ਆ ਅਖੀਰ ਤੇ ਗੁਰੂ ਪਾਤਸ਼ਾਹ ਨੇ ਇੱਕ ਬੋਲ ਬੋਲਿਆ ਮਤ ਮੈਂ ਪਿੱਛੇ ਕੋਈ ਰੋਗ ਸੀ ਮੇਰੇ ਜਾਣ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ ਕਰਨਾ ਸਾਡੇ ਸਰੀਰ ਕਰਨ ਤੋਂ ਬਾਅਦ ਕਿਸੇ ਨੇ ਰੋਣਾ ਧੋਣਾ ਨਹੀਂ ਕਰਨਾ ਹੈਗਾ। ਸੰਗਤ ਕਹਿੰਦੀ ਮਹਾਰਾਜ ਤੁਹਾਡੇ ਨਾਲ ਪਿਆਰ ਆ
ਕਹਿੰਦੇ ਆ ਕਿ ਪੁਰਾਣੇ ਚੜ੍ਹਾਈ ਕਰੇ ਰੋਣਾ ਨਹੀਂ ਹੈਗਾ। ਆਪਾਂ ਆਖਾਂਗੇ ਜੀ ਸਾਡਾ ਗੁਰਿੰਦਰ ਸਿੰਘ ਨਾਲ ਬੜਾ ਪਿਆਰ, ਕਿਵੇਂ ਨਾ ਰੋਈ, ਕੋਈ ਸਾਂਭਣ ਵਾਲਾ ਕੋਈ ਆਧਾਰ ਤੇ ਦੇ ਕੇ ਜਾਵੋ ਕਿ ਹਾਂ ਹੰਝੂ ਅੱਖਾਂ ਦੇ ਵਿੱਚ ਆਉਣ, ਸੁਰਤ ਰੱਬ ਦੇ ਭਾਣੇ 'ਚ ਜੁੜ ਜਾਵੇ। ਭਾਣੇ ਦਾ ਰਸ ਲੈ ਲੈ ਸਕੀਏ, ਜਿਹਨੂੰ ਤੁਸੀਂ ਕਹਿੰਦੇ ਕਿ ਭਾਣਾ ਮੰਨੋ ਭਾਣਾ ਮੰਨੋ ਭਾਣਾ ਮੰਨੋ, ਮਹਾਰਾਜ ਭਾਣਾ ਮੰਨਣਾ ਔਖਾ ਬਣਾ, ਇਹ ਕਿਵੇਂ ਮੰਨਿਆ ਜਾਵੇ, ਕਿਵੇਂ ਨਾ ਰੋਈਏ। ਮਹਾਰਾਜ ਆਪ ਮੁਹਾਰੇ ਅੱਥਰੂ ਬਾਹਰ ਹੁੰਦੇ ਨੇ, ਇਹਨਾਂ ਦਾ ਪਿਆਰ ਹੋ ਗਿਆ। ਅਤੇ ਸਤਿਗੁਰੂ ਜੀ ਨੇ ਫਿਰ ਉੱਥੇ ਇੱਕ ਬਚਨ ਆਖਿਆ ਕਿ ਜੇ ਸਿੱਖੋ ਤੁਸੀਂ ਆ ਬਚਨ ਕਮਾਓਗੇ ਨਾ, ਸੱਚ ਜਾਣਿਓ, ਤੁਹਾਡੇ ਰੋੜੇ ਧੋਣੇ ਮੁੱਕ ਜਾਣਗੇ, ਤੁਹਾਡੇ ਹੰਝੂ ਸੁੱਕ ਜਾਣਗੇ, ਅੰਦਰੋਂ ਤੁਸੀਂ ਤ੍ਰਿਪਤ ਹੋ ਕੇ ਸੰਤੋਖ ਦੇ ਵਿੱਚ ਆ ਕੇ ਰੱਬ ਦੀ ਰਜ਼ਾ ਦੇ ਲੀਨ ਹੋ ਜਾਓਗੇ। ਪੁੱਛਿਆ ਮਹਾਰਾਜ ਉਹ ਕੀ ਆ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਨਿਰਵਾਣ ਵਾਸ਼ਨਾ ਤੋਂ ਰਹਿ ਜਿਹੜਾ ਪਰਮਾਤਮਾ ਹੈ ਉਹਦੀ ਵਡਿਆਈ ਕਰਿਓ, ਉਹਦਾ ਕੀਰਤਨ ਕਰਿਓ। ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਕੇਸੋ ਕੇਸਾ ਵਾਲਾ ਜਿਹੜਾ ਪਰਮਾਤਮਾ ਹੈ, ਕੇਸਾ ਧਾਰੀ ਹੈ, ਦਸਤਾਰ ਧਾਰੀ ਹੈ, ਉਹ ਮਾਲਕ ਜਿਹੜਾ ਸਾਬਤ ਸੂਰਤ ਦਸਤਾਰ ਸਿਰਾ, ਉਹਦੇ ਵਿਦਵਾਨਾਂ ਨੂੰ ਬੁਲਾਇਓ, ਉਹਦੇ ਪਿਆਰਿਆਂ ਨੂੰ ਬੁਲਾਇਓ ਅਤੇ ਉਹਦੇ ਨਾਮ ਦੀ ਕਥਾ ਸੁਣਿਓ, ਕੀਰਤਨ ਸੁਣਿਓ, ਤੁਹਾਨੂੰ ਇਸ ਭਾਣੇ ਨੂੰ ਭਾਣਾ ਮਿੱਠਾ ਕਰਕੇ ਮੰਨਣ ਦੀ ਤਾਕਤ ਮਿਲੇਗੀ। ਇਹ ਗੱਲ ਥੋੜ੍ਹਾ ਜਿਹਾ ਧਿਆਨ ਦਿਓ, ਮੇਰੇ ਵਰਗੇ ਕਹਿ ਦੇ ਦਿੰਦੇ ਨੇ ਭਾਈ ਭਾਣਾ ਮੰਨਣਾ ਚਾਹੀਦਾ, ਪਰ ਬਾਣੀ ਵੀ ਇਹ ਗੱਲ ਕਹਿੰਦੀ ਹੈ ਕਿ ਜਿਸ ਤਨ ਲੱਗੇ ਸੋ ਹੀ ਜਾਣਾ। ਬਾਕੀ ਤਾਂ ਗੱਲਾਂ ਕਰਦੇ ਨੇ ਜਿਨ੍ਹਾਂ 'ਤੇ ਬੀਤੀ ਆ, ਜਿਨ੍ਹਾਂ ਦਾ ਪਿਆਰ ਹੈ, ਮਾਂ ਪਿਓ ਭੈਣ ਭਰਾ ਘਰ ਦੇ ਦੋਸਤ ਮਿੱਤਰ, ਉਹਨਾਂ ਨੂੰ ਪੁੱਛ ਕੇ ਵੇਖੀ ਉਹਨਾਂ ਦੇ ਦਿਲ 'ਤੇ ਕੀ ਬੀਤਦੀ ਹੈ। ਉਹ ਮੰਨਦੇ ਆ ਕਿ ਰੱਬੀ ਬਾਣੀ ਦਾ ਪਾਠ ਸੁਣਿਆ ਜਾਵੇ, ਕੀਰਤਨ ਸੁਣਿਆ ਜਾਵੇ, ਕਥਾ ਸੁਣੀ ਜਾਵੇ, ਉਹਨਾਂ ਦਾ ਡੋਲਦਾ ਹੋਇਆ ਮਨ ਅਡੋਲ ਹੋਵੇਗਾ, ਇਹ ਉਹਨਾਂ ਵਾਸਤੇ ਆ। ਫਿਰ ਮੇਰੀ ਬੇਨਤੀ ਸੁਣਿਓ, ਜਦੋਂ ਨਾ ਇੱਦਾਂ ਦਾ ਕੋਈ ਭਾਣਾ ਵਰਤਦਾ ਭਾਗਾ ਵੜਿਓ, ਆਪਾਂ ਦੇਖਦੇ ਹਾਂ ਜੀ ਲੋਕ ਭਾਈ ਰੋਣਾ ਧੋਣਾ ਸਮਾਪਤ ਕਰੋ, ਰੱਬ ਦੇ ਭਾਣੇ ਚ ਸਬਰ ਦਿੰਦੇ ਜੀ ਆਪਾਂ, ਟਿਕਾਓ ਦਿੰਦੇ ਹਾਂ ਉਹਨੂੰ ਪਰਿਵਾਰ ਵਾਲੇ ਨੂੰ ਗੱਲਾਂ ਬਾਤਾਂ ਕਰ ਕਰਕੇ। ਇਹਦੇ ਜੀ ਕੋਈ ਨਵੀਂ ਗੱਲ ਨਹੀਂ ਹੈਗੀ, ਆਪਣੀ ਜ਼ਿੰਦਗੀ 'ਚੋਂ ਬੇਅੰਤ ਉਦਾਹਰਨਾਂ ਨਾਲ ਮਿਲਦੀਆਂ ਜੁਲਦੀਆਂ। ਪਰ ਮਹਾਰਾਜ ਦੀ ਬਾਣੀ ਗੱਲ ਕਹਿੰਦੇ ਆ, ਕਹਿੰਦੇ ਇਹ ਠੀਕ ਹੈ ਜੀ ਬੰਦਾ ਬੰਦੇ ਦੀ ਦਾਰੂ ਆ ਇਹ ਆਪਾਂ ਕਹਿੰਦੇ ਹਾਂ, ਪਰ ਜਿਹੜਾ ਬੰਦਾ ਆਪ ਹੀ ਡੋਲਦਾ ਪਿਆ ਹੈ ਉਹ ਕਿਸੇ ਨੂੰ ਅਡੋਲ ਕਿਵੇਂ ਕਰ ਸਕਦਾ। ਜੇ ਅਡੋਲ ਹੋਣਾ ਹੈ ਤੇ ਅਡੋਲ ਦਾ ਸਹਾਰਾ ਲੈਣਾ ਪਵੇ, ਡੋਲਦੀ ਹੋਈ ਚੀਜ਼ ਕਿਸੇ ਨੂੰ ਅਡੋਲ ਨਹੀਂ ਕਰ ਸਕਦੀ, ਉਹ ਹੈ ਗੁਰੂ ਕੀ ਬਾਣੀ। ਇਹ ਗੁਰਬਾਣੀ ਉਸ ਅਵਸਥਾ ਦੇ ਵਿੱਚੋਂ ਨਿਕਲੀ ਹੈ ਜਿੱਥੇ ਮਹਾਰਾਜ ਕਹਿੰਦੇ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਿਆ, ਸੁੱਖ ਸਨੇਹ ਅਰ ਭੈ ਨਹੀਂ ਜਾਗਿਆ ਕਿੰਚਨ ਮਾਟੀ ਮੰਨਿਆ। ਜਿਨ੍ਹਾਂ ਨੇ ਦੁੱਖ ਨੂੰ ਦੁੱਖ ਨਹੀਂ ਮੰਨਿਆ ਤੇ ਸੁੱਖ ਦਾ ਲਾਲਚ ਨਹੀਂ ਕੀਤਾ, ਜਿਨ੍ਹਾਂ ਨੇ ਜ਼ਿੰਦਗੀ ਨੂੰ ਪਿਆਰ ਨਹੀਂ ਕੀਤਾ ਤੇ ਮੌਤ ਤੋਂ ਡਰੇ ਨਹੀਂ, ਇਹ ਉਹਨਾਂ ਦੇ ਹਿਰਦੇ ਵਿੱਚੋਂ ਨਿਕਲੇ ਹੋਏ ਬੋਲ ਨੇ, ਅਡੋਲ ਹਿਰਦਿਆਂ 'ਚ ਨਿਕਲੇ ਹੋਏ ਬੋਲ ਨੇ, ਇਹ ਅਡੋਲ ਕਰਨਗੇ। ਇਸ ਲਈ ਇੱਕ ਬੇਨਤੀ ਕਰਾਂ, ਜਦੋਂ ਵੀ ਕੋਈ ਭਾਣਾ ਵਰਤਦਾ ਆਪਾਂ ਅਕਸਰ ਵੇਖਦੇ ਕਿ ਘਰੇ ਬਾਣੀ ਦਾ ਪਾਠ ਕਰਵਾਇਆ ਜਾਂਦਾ, ਸਹਿਜ ਪਾਠ, ਅਖੰਡ ਪਾਠ, ਫਿਰ ਕੀਰਤਨ ਹੁੰਦਾ, ਕਥਾ ਹੁੰਦੀ ਹੈ, ਕਿ ਆਪਣੇ ਨੂੰ ਪਤਾ ਨਹੀਂ ਕਿਉਂ ਕਰਾਇਆ ਜਾਂਦਾ। ਇੱਕ ਤਾਂ ਉੱਤਰ ਇਹਦਾ ਹੋਵੇਗਾ ਜੀ ਮਰਿਆਦਾ ਜੀ ਸਾਡੀ ਮਰਿਆਦਾ ਬਿਲਕੁਲ ਨਹੀਂ, ਇਹ ਕਰਵਾਉਣਾ ਜੀ ਘਰੇ ਸਹਿਜ ਪਾਠ ਵੀ ਹੋਵੇ, ਕੀਰਤਨ ਵੀ ਹੋਵੇ, ਕਥਾ ਵੀ ਹੋਵੇ, ਪਰ ਇਹ ਕਾਹਦੇ ਵਾਸਤੇ? ਮਰਿਆਦਾ ਤਾਂ ਹੈ ਪਰ ਮਰਿਆਦਾ ਵੀ ਤਾਂ ਕਿਸੇ ਕੰਮ ਲਈ ਆ, ਕੋਈ ਕਾਰਨ ਹੋਵੇ। ਹੁਣ ਸਾਡਾ ਜਵਾਬ ਇਹ ਆਉਣਾ ਜੀ ਜਿਹੜਾ ਪੁਰਾਣੀ ਚੜ੍ਹਾਈ ਕਰ ਗਿਆ ਜਾਂ ਸਾਡਾ ਪਿਆਰਾ ਵਿਛੜ ਗਿਆ ਉਹਦੇ ਵਾਸਤੇ। ਪਰ ਮੈਂ ਤੁਹਾਨੂੰ ਕੁਝ ਦੱਸ ਸਕਦੇ ਜੀ, ਜਿੰਨੇ ਤੁਸੀਂ ਇੱਥੇ ਬੈਠੇ ਹੋ, ਸਰਦਾਰ ਗੁਰਿੰਦਰ ਸਿੰਘ ਵਿਛੜ ਚੁੱਕਾ ਨੇ ਜੀ ਸਾਡੇ ਸਰੀਰ ਦੇ, ਆਪ ਨਹੀਂ ਕਦੇ ਮਰਿਆ, ਗੁਰਿੰਦਰ ਸਿੰਘ ਨਹੀਂ ਕਦੇ ਮਰਿਆ, ਸਰੀਰ ਮਰਿਆ, ਸਰੀਰ ਵਿਛੜਿਆ, ਆਤਮਾ ਨਹੀਂ ਕਦੇ ਮਰ ਗਈ। ਆਪਾਂ ਆਖਾਂਗੇ ਜੀ ਸਹਿਜ ਪਾਠ ਹੋਇਆ, ਕੀਰਤਨ ਕਥਾ ਹੋਈਆਂ, ਇਹਨਾਂ ਦੀ ਹੋਈ। ਪਰ ਮੈਂ ਤੁਹਾਨੂੰ ਪੁੱਛਦਾ ਜੀ ਗੁਰਿੰਦਰ ਸਿੰਘ ਜੀ ਕਿੱਥੇ ਹੈ?
ਜਦੋਂ ਘਰ 'ਚ ਸਹਿਜ ਪਰ ਹੋਇਆ ਉੱਥੇ ਕਿੱਥੇ ਸਨ, ਹੁਣ ਕੀਰਤਨ ਹੋਇਆ, ਹੁਣ ਕਥਾ ਹੋ ਰਹੀ ਹੈ, ਕੌਣ ਸੁਣ ਰਿਹਾ, ਪਾਠ ਕਿਹਨੇ ਸੁਣਿਆ, ਕੀਰਤਨ ਕਿਹਨੇ ਸੁਣਿਆ, ਕਥਾ ਕੌਣ ਸੁਣਦਾ ਪਿਆ? ਅਤੇ ਆਪਾਂ ਨੇ ਕਹਿਣਾ ਜੀ ਆਪਾਂ ਅਸੀਂ ਸੁਣਿਆ ਜੀ ਪਾਠ, ਅਸੀਂ ਕੀਰਤਨ ਵੀ ਸੁਣਿਆ, ਅਸੀਂ ਕਥਾ ਵੀ ਸੁਣਿਆ, ਫਿਰ ਜਿਹਨਾਂ ਨੇ ਸੁਣਿਆ ਪਾਠ ਵੀ ਤਾਂ ਉਹਨਾਂ ਦੀ ਹੋਣਾ, ਫਿਰ ਇਹ ਕੀਰਤਨ ਵੀ ਉਹਨਾਂ ਦੀ, ਕਥਾ ਵੀ ਉਹਨਾਂ ਦੀ। ਗੱਲ ਸਮਝੋ ਧਿਆਨ ਨਾਲ, ਦੁੱਖ ਸਾਡੇ 'ਤੇ ਆਇਆ, ਦੁੱਖ ਪਰਿਵਾਰ 'ਤੇ ਆਇਆ, ਰੋ ਪਰਿਵਾਰ ਰਿਹਾ, ਦੁਖੀ ਪਰਿਵਾਰ ਹੋ ਰਿਹਾ, ਰੋਲ ਕਰ ਰਿਹਾ ਪਰਿਵਾਰ, ਅਤੇ ਬਾਣੀ ਵੀ ਫਿਰ ਪਰਿਵਾਰ ਵਾਸਤੇ, ਕੀਰਤਨ ਵੀ ਪਰਿਵਾਰ ਵਾਸਤੇ, ਕਥਾ ਵੀ ਪਰਿਵਾਰ ਦੇ ਵਾਸਤੇ। ਸਹਿਜ ਪਾਠ ਘਰੇ ਰਖਵਾਉਣ ਦਾ ਮਤਲਬ ਇਹ ਆ ਕਿ ਜਿਨ੍ਹਾਂ ਦੇ ਉੱਤੇ ਐਡਾ ਵੱਡਾ ਦੁੱਖ ਆਇਆ, ਜਿਹਨੂੰ ਉੱਚੇ ਲਿਆ ਨਹੀਂ ਜਾ ਸਕਦਾ, ਜਦੋਂ ਗੁਰੂ ਕੀ ਬਾਣੀ ਨੂੰ ਸੁਣ ਗਏ ਨਾ, ਇਹ ਹੁਕਮ ਨੂੰ ਸੱਚ ਕਰਕੇ ਮੰਨਣ ਦੀ ਤਾਕਤ ਆਵੇਗੀ, ਸੱਚ ਦਾ ਗਿਆਨ ਹੋਵੇਗਾ, ਹੁਕਮ ਦੀ ਸਮਝ ਪਵੇਗੀ, ਡੋਲਦਾ ਹੋਇਆ ਮਨ ਅਡੋਲ ਹੋਵੇਗਾ, ਦੁੱਖ ਘਟੇਗਾ, ਮਨ ਭਾਣੇ ਦੇ ਵਿੱਚ ਆਵੇਗਾ, ਜਦੋਂ ਬਾਣੀ ਸੁਣਾਂਗੇ, ਕੀਰਤਨ ਸੁਣਾਂਗੇ ਅਤੇ ਕਥਾ ਸੁਣਾਂਗੇ। ਇਹ ਗੁਰੂ ਪਿਆਰ ਵਾਲਿਓ, ਇਹ ਜੋ ਸਾਡੇ ਕੋਲ ਵਿਛੜ ਗਏ, ਬਾਣੀ ਹੈ, ਕੀਰਤਨ ਹੈ, ਕਥਾ, ਉਹਨਾਂ ਵਾਸਤੇ ਨਹੀਂ ਹੈ ਕਿ ਸਾਡੇ ਵਾਸਤੇ ਹੈ। ਮੈਂ ਕੋਲੋਂ ਨਹੀਂ ਕਹਿ ਰਿਹਾ, ਗੁਰਬਾਣੀ ਦਾ ਵਚਨ ਸੁਣ ਲਓ। ਗੁਰਬਾਣੀ ਕਹਿੰਦੀ ਹੈ, ਜੋ ਆਇਆ ਸੋ ਚੱਲ ਸਕਦਾ, ਜਿਹੜਾ ਆਇਆ ਚੱਲਿਆ ਗਿਆ, ਅਤੇ ਨਾਲ ਇਹ ਨਹੀਂ ਕਹਿੰਦਾ ਸਭ ਕੋਈ ਆਈ ਵਾਲੀ ਹੈ। ਅੱਜ ਜਿੰਨੇ ਆਪਾਂ ਬੈਠੇ ਹਾਂ ਨਾ, ਸਾਡੇ ਵੱਲ ਉਂਗਲੀ ਕਰਕੇ ਪਾਤਸ਼ਾਹ ਕਹਿੰਦੇ ਕਾਕਾ ਗੁਰਿੰਦਰ ਸਿੰਘ ਚੱਲਿਆ ਗਿਆ, ਪਰ ਜਿਹੜੇ ਤੁਸੀਂ ਬੈਠੇ ਹੋ ਨਾ, ਤੁਹਾਡੀ ਵਾਰੀ ਵੀ ਆਈ ਦੇ ਆਈ ਲਓ, ਸਾਡੀ ਵੀ ਵਾਰੀ ਆਈ ਲਓ ਜੀ, ਇਹ ਨਹੀਂ ਪਤਾ ਕਦੋਂ ਆ ਜਾਣੀ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਅਤੇ ਸਾਡੇ ਨੇ ਕਹਿ ਦਿੱਤਾ ਜਿਸਕੇ ਜੀ ਪ੍ਰਾਣ ਹੈ, ਜਿਹੜੇ ਭਾਈ ਅਜੇ ਤੁਸੀਂ ਜਿਉਂਦੇ ਬੈਠੇ ਹੋ, ਤੁਹਾਡੇ ਤਾਂ ਸਾਹ ਚੱਲਦੇ ਪਏ ਨੇ, ਕਿਉਂ ਸਾਹਿਬ ਮਨੋਂ ਵਿਸਾਰੀਏ, ਤੁਸੀਂ ਮਾੜੇ ਪਾਸੇ ਕਿਉਂ ਜਾਂਦੇ, ਚੰਗੇ ਪਾਸੇ ਕਿਉਂ ਨਹੀਂ ਤੁਰਦੇ, ਜ਼ਿੰਦਗੀ ਨੂੰ ਕਿਉਂ ਨਹੀਂ ਸੁਧਾਰਦੇ ਹੈਗੇ, ਗੁਰਮੁਖ ਕਿਉਂ ਨਹੀਂ ਬਣਦੇ, ਗੁਰੂ ਦਾ ਪੱਲਾ ਕਿਉਂ ਨਹੀਂ ਫੜਦੇ, ਉਸ ਮਾਲਕ ਨੂੰ ਚੇਤੇ ਕਿਉਂ ਨਹੀਂ ਕਰਦੇ ਜਿਹਨੂੰ ਜਾ ਕੇ ਆ ਕੇ ਮੂੰਹ ਦਿਖਾਉਣਾ ਹੈ। ਇਹਦਾ ਮਤਲਬ ਬਾਣੀ ਕਿਹਦੇ ਵਾਸਤੇ? ਸਾਡੇ ਵਾਸਤੇ, ਪਰਿਵਾਰ ਦੇ ਲਈ, ਕਿ ਜਿਹੜਾ ਪਰਿਵਾਰ ਹੈ ਨਾ ਦੁਖੀ ਆ ਭਾਈ, ਉਹ ਘਰੇ ਬਹਿ ਕੇ ਜਦੋਂ ਸਹਿਜ ਪਾਠ ਸੁਣੇਗਾ, ਗੁਰੂ ਕੀ ਬਾਣੀ ਦਾ ਕੀਰਤਨ ਸੁਣੇਗਾ, ਅਤੇ ਉਹ ਕਿੰਨੇ ਕਿੰਨੇ ਵੈਰਾਗ ਵੀ ਸੋਹਣੇ ਸੋਹਣੇ ਸ਼ਬਦ ਭਾਈ ਸਾਹਿਬ ਪੜ੍ਹਦੇ ਪਏ ਸੀ, ਜਿਉਂ ਜਿਉਂ ਤੇਰਾ ਹੁਕਮ ਅਤੇ ਵਹਿ ਤਿਉਂ ਹੁਕਮ। ਜੇ ਮਾਨੇ ਸਰਕਾਰ ਨੂੰ ਸਮਝ ਲਵੇ ਕਿ ਉਹੀ ਕੁਝ ਹੋਇਆ ਜੋ ਮਾਲਕ ਦਾ ਹੁਕਮ, ਫਿਰ ਮਨ ਟਿਕੇਗਾ ਜੀ। ਕਿੰਨੇ ਸੋਹਣੇ ਸ਼ਬਦ ਪੜ੍ਹ ਰਹੇ ਸੀ, ਅਬ ਕੀ ਵਾਰ ਬਖਸ਼ ਬੰਦੇ ਤੋਂ ਬਹੁ ਨਾ ਭਾਉ ਦਿਲ ਫੇਰਾ ਕੇ, ਸੰਗਤ ਜੀ ਰਲ ਕੇ ਅਰਦਾਸ ਕਰੋ, ਭਾਵੇਂ ਉਮਰ ਗੁਰਿੰਦਰ ਸਿੰਘ ਦੀ ਛੋਟੀ ਹੋਆ, ਛੋਟੀ ਉਮਰ 'ਤੇ ਲੈ ਗਏ, ਪਰ ਅਰਦਾਸ ਕਰੋ ਰਲ ਕੇ ਮਾਲਕ ਜੀ, ਬਹੁ ਨਾ ਭਾਉ ਦਿਲ ਫੇਰਾ, ਮੁੜ ਕੇ ਆ ਜੰਮਣ ਮਰ ਦੇ ਚੱਕਰ ਜਿਹੜਾ ਪਾਏ, ਪਹਿਲਾਂ ਜੰਮਣ ਦਾ ਦੁੱਖ, ਫਿਰ ਮਰਨ ਦਾ ਦੁੱਖ, ਪਹਿਲਾਂ 9 ਮਹੀਨੇ ਮਾਂ ਦੇ ਪੇਟ 'ਚ ਪੁੱਠਾ ਲੜਕਿਆ ਬੱਚਾ ਉਹਦੇ ਨਾਲ ਘੋਲਦਾ, ਫਿਰ ਰੋਂਦਾ ਪੈਦਾ ਹੁੰਦਾ, ਰੋਂਦਾ ਹੀ ਜ਼ਿੰਦਗੀ ਲੰਘਾਉਂਦਾ, ਅਤੇ ਰੋਂਦਾ ਹੀ ਮਰ ਜਾਂਦਾ, ਅਤੇ ਰੋਂਦਿਆਂ ਹੀ ਛੱਡ ਜਾਂਦਾ ਪਿੱਛੇ। ਜੇ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਾਂਗੇ ਨਾ, ਤਾਂ ਸਾਡਾ ਦੁੱਖ ਘਟੇਗਾ, ਸਾਨੂੰ ਭਾਣਾ ਮਰਨ ਦਾ ਬਲ ਮਿਲੇ। ਇਸ ਲਈ ਭਾਗਾ ਬੜੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਕੀ ਬਾਣੀ ਦਾ ਕੀਰਤਨ, ਇਹ ਕਥਾ, ਇਹ ਪਾਠ, ਇਹ ਸਾਨੂੰ ਸੱਚ ਦਾ ਦਰਸ਼ਨ ਕਰਵਾਉਣ ਵਾਸਤੇ ਹੈ। ਤੁਸੀਂ ਬਾਣੀ ਪੜ੍ਹ ਕੇ ਵੇਖੋ, ਬਾਣੀ 'ਚ ਨਾ ਗੁਰੂ ਪਾਤਸ਼ਾਹ ਨੇ ਬੇਅੰਤ ਸ਼ਬਦ ਵਰਤੇ ਗੁਰਬਾਣੀ ਵਾਸਤੇ ਕਿ ਗੁਰਬਾਣੀ ਕੀ ਆ। ਕਿਤੇ ਮਹਾਰਾਜ ਕਹਿੰਦੇ ਸੱਤ ਸਰੂਪ ਹੈ, ਕਿਧਰੇ ਕਹਿੰਦੇ ਅੰਮ੍ਰਿਤ ਦੀ ਧਾਰ ਹੈ, ਮਿੱਠੀ ਬਾਣੀ ਹੈ, ਕਿਧਰੇ ਕਹਿੰਦੇ ਗਾਓ ਸੱਚੀ ਬਾਣੀ। ਇਹ ਸੱਚੀ ਬਾਣੀ ਹੈ, ਸੱਚੀ ਬਾਣੀ ਤੋਂ ਮਹਾਰਾਜ ਕਹਿੰਦੇ ਇਹਦੇ 'ਚ ਸੱਚ ਹੈ, ਇਹ ਸੱਚ ਸੁਣਾਉਂਦੀ ਆ, ਸੱਚ ਬਿਠਾਉਂਦੀ ਆ, ਅਤੇ ਸੱਚ ਦਾ ਅਨੁਭਵ ਕਰਾਉਂਦੇ ਕਿ ਆਹ ਸੱਚ ਆ ਅਤੇ ਬਾਕੀ ਸਾਰਾ ਕੁਝ ਝੂਠ ਆ। ਜਦੋਂ ਬਾਣੀ ਸੁਣਾਂਗੇ ਨਾ, ਪੜ੍ਹਾਂਗੇ, ਉਹ ਕਥਾ ਆਪਾਂ ਕਰ ਰਹੇ ਹਾਂ ਜੀ ਬਾਣੀ ਦੀ, ਬਾਣੀ ਨੇ ਸੱਚ ਨਾਲ ਸਾਨੂੰ ਜੋੜਨਾ, ਅਤੇ ਜਦੋਂ ਬੰਦਾ ਸੱਚ ਨਾਲ ਜੁੜ ਗਿਆ, ਝੂਠ ਦੇ ਵਿੱਚੋਂ ਜਿਹੜਾ ਦੁੱਖ ਪੈਦਾ ਹੋਇਆ, ਝੂਠ ਦੇ ਭੰਗ ਕਰਕੇ ਉਹ ਆਪੇ ਖਤਮ ਹੋ ਜਾਣਾ। ਸੱਚ ਕੀ ਆ ਜੀ, ਧਿਆਨ ਨਾਲ ਸੁਣਿਓ, ਗੁਰੂ ਕੀ ਬਾਣੀ ਕਹਿੰਦੀ ਜ਼ਿੰਦਗੀ ਵਿੱਚ ਦੁਨੀਆਂ ਵਿੱਚ ਦੋ ਨਾਨਕ ਹੋਸੀ ਸੱਚ ਹੈ ਪਰਮਾਤਮਾ, ਜਿਹੜਾ ਪਹਿਲਾਂ ਵੀ ਸੀ,
ਹੁਣ ਵੀ ਹੈ ਤੇ ਅੱਗੇ ਨੂੰ ਵੀ ਹੋਣੀ। ਸੱਚ ਕਹਿੰਦੇ ਉਹਨੇ ਜਿਹੜਾ ਇਸੇ ਲਈ ਆਖਿਆ ਸੀ ਨਾ ਮੂਲੇ ਖੱਤਰੀ ਕੋਲ ਜਦੋਂ ਗਿਆ ਭਾਈ ਮਰਦਾਨਾ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਖਰੀਦਣ ਦੇ ਲਈ ਤੇ ਮੂਲੇ ਖੱਤਰੀ ਨੇ ਲਿਖਿਆ ਸੀ ਮਰਨਾ ਸੱਚ ਤੇ ਜਿਉਣਾ ਝੂਠ। ਭਾਈ ਮਰਦਾਨਾ ਕਹਿੰਦਾ ਗੁਰੂ ਬਾਬਾ ਜੀ ਗੱਲ ਸਮਝ ਲੱਗੀ ਜਿਉਣਾ ਝੂਠ ਕਿਵੇਂ ਹੋ ਗਿਆ ਦੇਖੋ ਜੀ ਇਸਦਾ ਸੱਚ ਲੱਗ ਰਿਹਾ ਜ਼ਿੰਦਗੀ ਤੋਂ। ਮਹਾਰਾਜ ਕਹਿੰਦੇ ਮਰਦਾਨਿਆ ਜ਼ਿੰਦਗੀ ਝੂਠ ਇਸ ਕਰਕੇ ਕਿ ਜ਼ਿੰਦਗੀ ਨੇ ਸਦਾ ਨਹੀਂ ਰਹਿਣਾ ਹੈ, ਮੌਤ ਇਸ ਸੱਚ ਇਸ ਕਰਕੇ ਕਿ ਮੌਤ ਨਹੀਂ ਕਰਨ ਆਉਣਾ ਹੀ ਆਉਣਾ ਹੈ, ਇਹ ਤੋਂ ਵੀ ਪਾਸਾ ਨਹੀਂ ਪਾਸਾ ਰਹਿੰਦਾ। ਇਸ ਲਈ ਗੁਰੂ ਸਾਹਿਬਾਂ ਦੀ ਬਾਣੀ ਤੋਂ ਤੁਹਾਨੂੰ ਇਹ ਸੱਚ ਮਹਾਰਾਜ ਸਾਨੂੰ ਦਿਖਾਉਂਦੇ ਨੇ ਕਬੀਰ ਇਹ ਤਨ ਜਾਹੇ ਨਾ ਸਤੋ ਤਾਂ ਲਿਓ ਮੌਤ ਚੈਲੰਜ ਕਰਦੇ ਨੇ ਕਬੀਰ ਸਾਹਿਬ ਕਹਿੰਦੇ ਸੱਚ ਨਾਲ ਲਿਓ ਭਾਈ ਸੱਚ ਨੂੰ ਲਿਖੋ ਆ ਸਰੀਰ ਨੇ ਜਾਣਾ ਹੀ ਜਾਣਾ ਹੈ ਜੇ ਹਿੰਮਤ ਹੈ ਤਾਂ ਰੋਕ ਕੇ ਦਿਖਾਓ ਰੋਕ ਕੇ ਦਿਖਾਓ ਨਾਗੇ ਪਾਵੋ ਤੇ ਗਏ ਜਿਨਕੇ ਲਾਖ ਕਰੋੜ ਮਤਾਂ ਨੂੰ ਸਮਝੇ ਮੇਰੇ ਕੋਲ ਕਰੋੜਾਂ ਰੁਪਈਆ ਤੇ ਮੈਂ ਰੋਕ ਲਵਾਂਗਾ ਕਹਿੰਦੇ ਉਹ ਵੀ ਅਜੀਬ ਨੰਗੇ ਪੈਰੀ ਗਏ ਨੇ ਜਿਹੜੇ ਕਰੋੜਾਂ ਪਤੀ ਸੀ। ਗੁਰਬਾਣੀ ਦੇ ਸੱਚ ਸੰਗ ਦਿਖਾਉਂਦੀ ਹੈ ਸਰੀਰ ਦਾ ਸੱਚ ਕਿੱਦਾਂ ਦਿਖਾਉਂਦੀ ਆ ਪਾਇਆ ਹਵਾ ਹਵਾ ਚੜ ਗਈ ਹਵਾ ਵੀ ਨਹੀਂ ਮਰੀ ਪਾਣੀ ਭਾਵ ਬਣ ਕੇ ਹੋ ਗਿਆ ਪਾਣੀ ਦਾ ਰੂਪ ਹੋ ਗਿਆ ਬਦਲਾ ਜੱਟ ਲੈ ਗਿਆ ਮੁੜ ਕੇ ਫਿਰ ਪੈ ਗਿਆ ਮੇਰੇ ਉਹ ਨਹੀਂ ਮਰਿਆ ਜੋਤ ਜੋਤ ਚ ਰਲ ਗਈ ਅੱਗ ਅੱਗ ਦਾ ਰੂਪ ਹੋ ਗਈ ਮਿੱਟੀ ਮਿੱਟੀ ਚ ਰਲ ਗਈ ਮਰਿਆ ਨਹੀਂ ਕਹਿੰਦੇ ਕੁਛ ਵੀ ਨਹੀਂ ਮਰਿਆ ਕੁਛ ਵੀ ਨਹੀਂ ਗਿਆ ਬਸ ਇੱਕ ਭਾਵ ਜਦੋਂ ਸੱਚ ਨੂੰ ਜਾਣਾਂਗੇ ਨਾ ਕਿ ਪਾਂਚ ਤਤ ਤੇ ਤਨ ਰਚਿਓ ਜਦ ਹੋ ਚਤੁਰ ਸੁਜਾਨ ਜਿਹੜੇ ਉਪਜਿਓ ਨਾਨਕਾ ਲੀਨ ਤਾਨੇ ਮੈਂ ਮਾਰ ਤੇ ਡੋਲ ਨਾ ਹੋਇਆ ਮੈਨੂੰ ਟਿਕੇਗਾ। ਹੁਣ ਅਗਲੀ ਦੇਵੀ ਸੁਣੇ ਧਿਆਨ ਗੁਰਬਾਣੀ ਸੱਚ ਦਾ ਦਰਸ਼ਨ ਕਰਵਾਉਂਦੀ ਹੈ ਜੀ ਇੱਕ ਬਚਨ ਗੁਰੂ ਤੇਗ ਬਹਾਦਰ ਜੀ ਦਾ ਤੁਹਾਡੇ ਨਾਲ ਸਾਂਝਾ ਕਰਨਾ। ਪਾਤਸ਼ਾਹ ਕਹਿੰਦੇ ਚਿੰਤਾ ਪਾਕੀ ਕੀਤੀ ਹੈ ਜੋ ਮਨ ਹੋਊਗੀ ਬਚਨ ਥੋੜ੍ਹਾ ਇਹੀ ਕਹਿੰਦੇ ਨੇ ਗੁਰੂ ਮਹਾਰਾਜ ਕਹਿੰਦੇ ਜ਼ਿੰਦਗੀ ਤੇ ਅਣਹੋਣੀ ਹੁੰਦੀ ਹੋਈ ਇਹ ਸਾਨੂੰ ਲੱਗਦਾ ਕਿ ਅਣਹੋਣੀ ਹੋ ਗਈ ਕਿਉਂਕਿ ਅਜੇ ਉਮਰ ਨਹੀਂ ਹੈਗੀ ਆ ਉਮਰ ਦੇ ਭਾਗਾ ਪੜੇ ਉਹ ਪਾਵਨ ਧਰਤੀ ਤੁਹਾਡੇ ਨੇੜੇ ਆ ਜੀ ਗੁਰਦੁਆਰਾ ਫਤਿਹਗੜ੍ਹ ਸਾਹਿਬ 7 ਸਾਲ ਤੇ 9 ਸਾਲ ਬਾਬਾ ਜੋਗਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਦੀ ਉਮਰ ਸੀ ਜੀ ਉਹਨਾਂ ਦੀ ਜਦੋਂ ਲੱਗੀ ਸੀ ਕਰਾਰੀ ਮੇਰੇ ਫਤਿਹ ਨੇ ਉੱਚੀ ਚੀਕ ਤਾਂ ਨਹੀਂ ਮਾਰੀ ਤੇ ਬਾਦਸ਼ਾਹ ਨੇ ਇਕੱਲਾ ਇਕੱਲਾ ਬਚਨ ਸੁਣਿਆ ਸੀ ਨਾ ਕਿਵੇਂ ਜ਼ਾਲਮਾਂ ਨੇ ਕਹਿਰ ਢਾਇਆ ਭੁੱਖੇ ਰੱਖਿਆ ਪਿਆਸੇ ਰੱਖਿਆ ਠੰਡੇ ਬੁਰਜ ਵਿੱਚ ਕੈਦ ਰੱਖਿਆ ਨਾ ਉੱਪਰ ਲੈਣ ਲਈ ਕੱਪੜਾ ਤੇ ਨਾ ਅੰਨ ਦਾ ਦਾਣਾ ਢਿੱਡ ਦੇ ਵਿੱਚ ਤੇ ਬਾਦਸ਼ਾਹ ਨੇ ਫਿਰ ਥੋੜ੍ਹੀ ਆਖਿਆ ਕਿ ਅਣਹੋਣੀ ਹੋ ਗਈ ਨਹੀਂ ਇਤਿਹਾਸਕਾਰਾਂ ਨੇ ਬੋਲ ਲਿਖੇ ਨੇ ਬੇਟੇ ਕੇ ਕਤਲ ਹੋਣੇ ਕੀ ਪਹੁੰਚੀ ਜੂਹੀ ਖਬਰ ਸ਼ੁਕਰ ਅਕਾਲ ਕਾ ਕੀਆ ਉਠਾ ਕੇ ਸਰ ਆਖਾ ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੋਈ ਬੇਟੋ ਕੀ ਜਾਨ ਧਰਮ ਕੀ ਖਾਤਰ ਫਿਦਾ ਹੋਈ ਰੱਬ ਦਾ ਸ਼ੁਕਰ ਕੀਤਾ ਰੱਬਾ ਤੇਰੀ ਅਮਾਨਤ ਤੇਰੇ ਕੋਲ ਪਹੁੰਚ ਗਈ ਇਹ ਤੋਂ ਵੱਡੀ ਹੋਰ ਤੇਰੀ ਕਿਰਪਾ ਕਿਹੜੀ ਹੋ ਸਕਦੀ ਹੈ ਪਰ ਧਿਆਨ ਨਾਲ ਸੁਣਿਓ ਆਪਾਂ ਕਹਿ ਦਿੰਦੇ ਜੀ ਅਣਹੋਣੀ ਹੋਈ ਪਰ ਪਾਤਸ਼ਾਹ ਕਹਿੰਦੇ ਅਣਹੋਣੀ ਤਾਂ ਹੁੰਦੀ ਹੋਈ ਭਾਈ ਜਿਹੜੀ ਹੋ ਗਈ ਉਹਦੇ ਹੋਣੀ ਆ ਜਿਹੜੀ ਹੋਏ ਗਈ ਉਹਦੇ ਹੋਣੀ ਆ ਉਹ ਅਣਹੋਣੀ ਥੋੜ੍ਹੀ ਆ ਤੇ ਮਹਾਰਾਜ ਕਹਿੰਦੇ ਵੀ ਸੱਚ ਜਾਣਿਓ ਜਿਹੜੀ ਇਹ ਹੋਣੀ ਹੋਈ ਆ ਨਾ ਇਹ ਮਾਰਗ ਸੰਸਾਰ ਉਹ ਨਾਨਕ ਫਿਰਨੇ ਕੋਈ ਇਹ ਵੱਡਿਆਂ ਵੱਡਿਆਂ ਨਾਲ ਹੋਈ ਆ ਇਹ ਜਦੋਂ ਦੀ ਦੁਨੀਆ ਬਣੀ ਆ ਉਦੋਂ ਦੀ ਹੁੰਦੀ ਆਈ ਆ ਹੁਣ ਵੀ ਹੋ ਰਹੀ ਹੈ ਤੇ ਜਿੰਨੀ ਦੇਰ ਤੱਕ ਦੁਨੀਆ ਰਹੇਗੀ ਜ਼ਿੰਦਗੀ ਰਹੇਗੀ ਇਹ ਹੋਣੀ ਹੁੰਦੀ ਰਹਿਣੀ ਹੈ ਇਹਨੂੰ ਕੋਈ ਟਾਲ ਨਹੀਂ ਸਕਦਾ ਇਹ ਸੱਚ ਆ ਭਾਈ ਫਿਰ ਸੁਣਿਓ ਬਚਨ ਚਿੰਤਾ ਆ ਕੀ ਕੀਤੀ ਹੈ ਜੋ ਅਣਹੋਣੀ ਕਹਿੰਦੇ ਚਿੰਤਾ ਦੁੱਖ ਤੇ ਉਹਦਾ ਕਰੋ ਜਿਹੜੀ ਅਣਹੋਣੀ ਹੋਈ ਹੋਵੇ ਇਹ ਤੇ ਸਭ ਤੋਂ ਵੱਡੀ ਹੋਣੀ ਆ ਜਿਹਨੇ ਹੋ ਕੇ ਰਹਿਣੀ ਆ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਹੋਏ ਦੁਨੀਆ ਦਾ ਰਾਹ ਇਹ ਹੈ ਸੱਚ ਇਹ ਹੈ ਇਹ ਹੋਣੀ ਵੱਡਿਆਂ ਵੱਡਿਆਂ ਨਾਲ ਵਰਤੀ ਹੈ ਬਾਣੀ ਦੇ ਵਿੱਚ ਬਚਨ ਲੈ ਲਈਏ ਥੋੜ੍ਹਾ ਜਿਹਾ ਮਨ ਨੂੰ ਸਬਰ ਆਵੇਗਾ ਟਿਕਾਓ ਆਵੇਗਾ ਕਿਹਨਾਂ ਕਿਹਨਾਂ ਨਾਲ ਹੋਈ ਹੈ ਮਹਾਰਾਜ ਕਹਿੰਦੇ ਸੁਣੋ ਭਾਈ ਰਾਮ ਗਏਓ ਰਾਵਣ ਗਏ ਰਾਮ ਲੋਕ ਭਗਵਾਨ ਕਹਿੰਦੇ ਨੇ ਅਵਤਾਰ ਹੀ ਪੁਰਸ਼ ਕਹਿੰਦੇ ਨੇ
महाराज कहते यह होली का सामना तो राम जी ने भी करना पड़ा शरीर करके तो हनुमान जी के उत्ते भी होली है आप दूजिया की गल क्यों करिए धन गुरु नानक साहब को लैके गुरु गोबिंद सिंह महाराज शरीर करके तो होली उन्होंने भी आई है जी कि नहीं आई सारे ने आई ये होली के महाराज कहते राम गयो रावण गयो जागो बहु परिवार कहो नानक फिर कछ नहीं सुपने जी हो संसार ये सुपना ही है जी कितों नहीं तुम सोच के वेखो आप राम जी की गल करते हैं रावण की गल करते हैं गुरु नानक साहब बैठे ने उत्थे राम सेतु के पोते भाई मरदाना तो गुरु नानक साहब भाई मरदाने कहते मरदानिया कित्थे आ रावण लंका सा कोट समुद्र सी खाई एक लख कूत सवा लख नाती कहा जाता जिसे सोने की लंका सी आले दुआले समुद्र रूपी खाई सी एक लख पुत सी सवा लख पोतरा सी दिन रात उसकी रसोई तपती रहती सी नौकर चाकर लगे रहते इन्ने घोड़े से जिन्हें मौत को भी अपने पाग नाल बन्निया होया सी महाराज कहते जो सुपना नहीं लगता कि रावण हैगा सी होया रावण कहते ऐसा लगता जिसमें कदम होया ही ना हो एडा वड्डा तुसी रावण की गल छड्डो बाणी के सानू बड़े नेड़े लैके आउंदी है सच दिखाउण लई बाणी कहती किथे टेंडे मापे आ कहते रावण छड्ड ते अपने माँ प्यो तो वेखे ने ना अखां नाल वेखे ने दो दा आनंद माणे तिल पाले अज सोच के वेख मेरा प्यो किथे आ मेरी माँ किथे एक सुपने का पता नहीं लगना चाहता यकीन ही नहीं होना कि कद है मेरे वांग आ शरीर के अज नहीं है कि कितने ने कितने ने हो कदे बड़े दावे करते पातशाह कहते भाई ये सच को महसूस करो ये सच को समझो चिंता ताकि कीजी है जो अनहोनी होए यह मार्ग संसार को नानक थिर नहीं कोए यह होली तो वड्डिया वड्डिया नाल वरती आ रहण दा पावै सुर नर देवा यह वड्डे तो वड्डे नाल भी वापरेगी छोटे तो छोटे नाल भी वापरेगी राणा राव ना कोर है रंग ना उंग फकीर वारी आपो अपनी कोई ना बंदा है जो ना भगत वाले ऐदा असं सोचांगे ऐदा असं समझांगे बाणी फिर मन में सबर आता एक वचन सुने गुरु की बाणी का कहते हर बंदा कहना मैं दुखी हाँ मैं दुखी जिन मर्जी पुछ लो जिन्हें दुख मैनू ने किसी को नहीं है सारी दुनिया सुखी है पर कहते सच जाने जितना बंदा अपने दुख तो उच्चा उठ के दुनिया तो लगना उसे कि मैं तो बड़ा सुखी हाँ आप तो नरक की गल लोग उत्ते करते हैं नरक ने इतने ही है जो असं दूजिया के दुख को वेखते हैं ना जिंदगी की असरे दल झाती मारते हैं उदों पता लगता है कि जो कुछ मेरे न हो रहा ना ये वक्रे नहीं वक्रा नहीं हो रहा ये सब न हो रहे जो दूजिया वेखते हैं फिर अपना दुख घटता आग्या मंगता तो पिता थापड़ा देकर जंग के मैदान तोड़ता इतिहास कहता जो कि सिंह शहीद होता सी ना गली वाले सिंह जकारे करते थे दुश्मनों को दसते साडा मरदिया वेख के भी असं डरते नहीं असी मरने की तैयार हाँ घबरायो ना बस ये खत्म हो गया पिछे साड़ी तैयारी है हथियार छकते ना मैं जो आए रहो असं भी आए थोड़े को एक शहीद हों सिंह जकारे गढ़ी हिला देंगे पर इतिहास कहता जिस वेले बाबा अजीत सिंह शहीद होया टुकड़े टुकड़े हो गए 18 साल का गभरू नौजवान सिंघां ने गंज भर गए प्यार करते हैं गुरु गुरु पुत्र भी प्यार करते हैं गंज भर गए तो जकारा नहीं छड्डिया गया इतिहास कहता उस वेले धन गुरु गोबिंद सिंह सच्चे पातशाह ने गढ़ी के विचों आप जकारे छड़े एक नहीं पांच जकारे छड़े फिर बाबा जुझार सिंह गया वह भी टुकड़े टुकड़े होकर शहीद होया सिंघां दे गज भर गए जकारे नहीं छड़े गए इतिहास कहता दूजा पुत भी जो शहीद होया गुरु गोबिंद सिंह ने आप जकारे छड़े ते आख्या सिंघो मैनु बधाइया दे महाराज बधाइया कहदियां कहिंदे मेरे नाम दे विच वाधा हो गया मेरा नाम होर उच्चा हो गया कहिंदा मैनु शहीद पिता का पुत कहिंदे सी अज तो बाद दुनिया मैं शहीद पुत्रां दा पिता आख्या करेगी मेरे नाम दे विच वाधा होया
ਜਦੋਂ ਨਾ ਅਸੀਂ ਇਤਿਹਾਸ ਸੁਣਦੇ ਹਾਂ ਪੜ੍ਹਦੇ ਹਾਂ, ਤੁਸੀਂ ਹੋਰ ਦੂਰ ਨਾ ਜਾਓ, ਬਾਬਾ ਬੰਦਾ ਸਿੰਘ ਬਹਾਦਰ ਆ ਰਿਹਾ ਜੀ 12 ਤਰੀਕ ਨੂੰ ਸਰਹੰਦ ਫਤਿਹ ਦਿਵਸ, ਆਪਾਂ ਸਾਰੇ ਜਾਣਦੇ। ਜਿਸ ਵੇਲੇ ਉਹਨਾਂ ਦੀ ਸ਼ਹੀਦੀ ਹੋਈ ਨਾ, ਸ਼ਹੀਦੀ ਤੋਂ ਪਹਿਲਾਂ ਸਾਰੇ ਜਦੋਂ ਮਾਰ ਤੇ, ਅਖੀਰ ਤੇ ਇਕੱਲਾ ਬਾਬਾ ਬੰਦਾ ਸਿੰਘ ਬਹਾਦਰ ਰਹਿ ਗਿਆ। ਜ਼ਾਲਮਾਂ ਨੇ ਵੇਖਿਆ ਸਰ, ਅਗਲੀ ਇੱਕ ਸਿਖਾਵਰ ਨਾ ਪਾਈ, ਰੋਵਣ ਹਾਰ ਕੇ ਦੂਰ ਸਧਾਈ, ਭਰਮ ਮੋਹ ਕੇ ਬਾਂਧੇ ਬੰਦ, ਸੁਪਨ ਭਇਆ ਪਖਲਾਏ ਅੰਧ, ਇਹਦੋ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ। ਇਹ ਤੇ ਭਾਈ ਰੱਬ ਦੀ ਇੱਕ ਖੇਡ ਆ, ਉਹਦੇ ਹੁਕਮ ਦੇ ਵਿੱਚ ਹਜ਼ਾਰਾਂ ਆ ਰਹੇ ਨੇ, ਹਜ਼ਾਰਾਂ ਜਾ ਰਹੇ ਨੇ, ਕਿੰਨੇ ਜਾਂਦੇ ਨੇ? ਆਪਾਂ ਇੱਥੇ ਬੈਠੇ ਜੀ, ਪਤਾ ਨਹੀਂ ਸਾਡੇ ਗੱਲਾਂ ਕਰਦਿਆਂ ਕਰਦਿਆਂ ਕਥਾ ਕਰਦਿਆਂ ਕਰਦਿਆਂ ਪਿਛਲੇ 1 ਘੰਟੇ 'ਚ ਕਿੰਨੇ ਦੁਨੀਆਂ ਤੋਂ ਤੁਰ ਗਏ, ਸਾਡੇ ਅਰਦਾਸ ਕਰਦਿਆਂ ਕਰਦਿਆਂ ਕਿੰਨਿਆਂ ਨੇ ਤੁਰ ਜਾਣਾ, ਕੁਛ ਨਹੀਂ ਪਤਾ ਇੱਥੇ। ਇਹ ਤਾਂ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ, ਪਰ ਇੱਕ ਗੱਲ ਕਹਿੰਦੀ ਮਹਾਰਾਜ ਨੇ, ਮਹਿੰਗੋ ਬੂਆ ਨਾ ਮਰਨਾ ਹੈ, ਕਹਿੰਦੇ ਕੋਈ ਵੀ ਨਹੀਂ ਮਰਦਾ, ਕੁਛ ਵੀ ਨਹੀਂ ਮਰਦਾ। ਇਹ ਗੱਲ ਮੈਂ ਪਹਿਲਾਂ ਵੀ ਕਹਿੰਦੀ ਹੈ, ਆਤਮਾ ਨਹੀਂ ਮਰਦੀ, ਰੱਬ ਦਾ ਰੂਪ ਹੋ ਜਾਂਦੀ ਹੈ, ਪਾਣੀ ਵੀ ਨਹੀਂ ਮਰਦਾ, ਪਾਣੀ ਦੇ ਪਾਣੀ ਹੋ ਜਾਂਦਾ, ਜੋਤ ਨਹੀਂ ਮਰਦੀ, ਮਿੱਟੀ ਨਹੀਂ ਮਰਦੀ, ਹਵਾ ਨਹੀਂ ਮਰਦੀ, ਅੱਗ ਨਹੀਂ ਮਰਦੀ, ਫਿਰ ਕੌਣ ਮਰਦਾ? ਕਹਿੰਦੇ ਕੁਛ ਵੀ ਨਹੀਂ ਮਰਦਾ। ਮਹਿ ਕੋ ਬੂਆ ਨਾ ਮਰਨਾ ਹੈ ਜੋਗ, ਮਹਿ ਬਿਨਸੈ ਅਵਿਨਾਸੀ ਹੋਗ। ਅਸਲ ਅਖੀਲੇ ਬੰਦ ਚ ਮਹਾਰਾਜ ਨੇ ਬਚਨ ਆਖਿਆ, ਜੋ ਇਹ ਜਾਣੋ ਸੋ ਇਹ ਨਾ, ਇਹਨੂੰ ਧਿਆਨ ਨਾਲ ਸਮਝੋ, ਜੋ ਇਹ ਜਾਣੋ ਸੋ ਇਹ ਨਾ, ਜਾਣਨ ਹਾਰੇ ਕਉ ਬਲ ਜਾਓ। ਮਹਾਰਾਜ ਕਹਿੰਦੇ ਜਿਹਨੇ ਸਮਝ ਲਿਆ ਨਾ ਕਿ ਅਸਲ ਗੁਰਿੰਦਰ ਸਿੰਘ ਸਰੀਰ ਦੀ ਆਤਮਾ ਸੀ ਤੇ ਆਤਮਾ ਕਦੇ ਮਰਦੀ ਨਹੀਂ ਹੈਗੀ, ਮਹਾਰਾਜ ਕਹਿੰਦੇ ਉਹ ਬੰਦਾ ਦੁੱਖ ਤੇ ਸੁੱਖ ਤੋਂ ਉੱਚਾ ਹੋ ਜਾਂਦਾ, ਉਹਨੂੰ ਸਬਰ ਆ ਕਿ ਉਹ ਨਹੀਂ ਕਿਤੇ ਗਿਆ ਹੈਗਾ, ਉਹ ਤੇ ਅਜੇ ਵੀ ਇੱਥੇ ਹੀ ਆ, ਉਹਦੇ ਰੱਬ ਦੇ ਵਿੱਚ ਲੀਨ ਹੋ ਗਿਆ, ਉਹਦੇ ਜੋਤੀ ਮੈਂ ਜੋਤ ਸਮਾਇਆ ਹੋ ਗਿਆ, ਉਹਦੇ ਸੂਰਜ ਕਿਰਨ ਵੇਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਣੀ ਸੰਪੂਰਨ ਥੀ ਆ ਰਾਮ। ਜੋ ਇਹ ਜਾਣੋ ਸੋ ਇਹ ਨਾਹੀ, ਜਾਣਨ ਹਾਰੇ ਕਉ ਬਲ ਜਾਓ, ਕਉ ਨਾਨਕ ਗੁਰ ਭਰਮ ਚੁਕਾਇਆ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਮੇਰੇ ਗੁਰੂ ਨੇ ਇੱਕ ਵੱਡਾ ਭਰਮ ਦੂਰ ਕਰਤਾ, ਨਾ ਕੋਈ ਮਰੈ ਨਾ ਆਵੈ ਜਾਇਆ। ਲੱਗਣਾ ਜਦੋਂ ਅਨੁਭਵ ਕਰਾਂਗੇ ਫਿਰ ਕਹਿਣਾ, ਨਾ ਕੋਈ ਮਰੈ ਨਾ ਆਵੈ ਜਾਇਆ, ਨਾ ਕੋਈ ਆ ਰਿਹਾ ਨਾ ਕੋਈ ਜਾ ਰਿਹਾ, ਨਾ ਜੰਮ ਰਿਹਾ ਤੇ ਨਾ ਕੋਈ ਮਰਦਾ ਪਿਆ। ਜੰਮਣਾ ਕਿਹਨੇ ਦੀ ਸਰੀਰ ਨੇ, 5 ਤੱਤਾਂ ਨੂੰ ਤੱਤ ਦੇ ਪਹਿਲੇ ਹੈਗੇ ਨੇ, ਜੰਮਿਆ ਥੋੜ੍ਹੀ ਆ, ਤੱਤਾਂ ਨੇ ਰੂਪ ਬਦਲਿਆ, ਤੱਤ ਜੁੜੇ ਨੇ, ਤੱਤ ਦੇ ਪਹਿਲੇ ਹੈਗੇ ਨੇ। ਜਦੋਂ ਕਹਿੰਦੇ ਮਰ ਗਿਆ ਮਰਿਆ ਗਿਆ ਕੁਛ ਵੀ ਨਹੀਂ ਮਰਿਆ, ਅੱਬ ਕੀ ਵਾਰ ਬਖਸ਼ ਨਵੇ ਕੋ ਬਹੁਤ ਮਾਤਾ ਕੋਈ ਤੇ ਪਰਿਵਾਰ ਜਿਹਨਾਂ ਦੇ ਉੱਤੇ ਐਡਾ ਭਾਣਾ ਵਰਤਿਆ, ਸਤਿਗੁਰੂ ਕਿਰਪਾ ਕਰਨ, ਨਾਮ ਬਾਣੀ ਦੇ ਨਾਲ ਜੋੜ ਕੇ ਮਹਾਰਾਜ ਉਹਨਾਂ ਨੂੰ ਪ੍ਰਯੋਗ ਕਰਦੇ, ਬੇਨਤੀਆਂ ਪ੍ਰਵਾਨ ਕਰਿਓ ਜੀ, ਵਿਚਾਰਾਂ ਕਰਦੇ ਆ, ਬੇਅੰਤ ਪ੍ਰਕਾਰ ਦੀਆਂ ਰਾਮ ਕਰੀ ਮਹੱਲਾ ਤੀਜਾ ਆਨੰਦ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੀ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ, ਸਾਚਾ ਨਾਮ ਮੇਰਾ ਆਧਾਰੂ, ਕਰ ਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ।
ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰਮ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਕਹੈ ਨਾਨਕ ਕਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸਲੋਕ ਪਵਣ ਗੁਰੂ ਪਾਣੀ ਪਿਤਾ ਦਿਵਸ ਰਾਤ ਦੁਇਦਾਈ ਦਾਇਆ ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਜਿਨੀ ਨਾਮ ਧਿਆਇਆ ਗਏ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਦ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਤੂੰ ਠਾਕੁਰ ਆਹਾ ਆਹ ਚਿਆ ਯਾਰ ਦੇ ਫਤਿਹ।
ਗਿਰਦ ਕੀ ਮੈਂ ਪੰਥ ਕੀ ਜੀ ਸ੍ਰੀ ਸਹਿਬ ਸਹਾਇ ਖਾਲਸਾ ਜੀ ਕੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਨਾਲ ਕੇਸ ਨਾਲ ਰਹਿਤ ਨਾਲ ਵਿਵੇਕ ਨਾਲ ਸਭ ਨਾਲ ਭਰੋਸਾ ਨਾਮ ਰਸਤ ਨਾਮ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਡੂੰਘੇ ਯੁਗੋ ਯੁਗ ਅਟਲ ਧਰਮ ਕਾ ਜੈ ਜੈਕਾਰ ਖਾਲਸਾ ਜੀ ਕੇ ਬੋਲ ਬਾਤੇ ਬੋਲੋ ਜੀ ਤੇਰਿਆਂ ਸਿੱਖਾਂ ਦਾ ਮਾਨਿਮਾ ਮਤ ਉੱਚੇ ਮਤ ਸਮੂਹ ਗੁਰਦੁਆਰੇ ਉਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਆਪਣੇ ਪਿਆਰੇ ਖਾਲਸਾ ਜੀ ਬਖਸ਼ੋ ਫੇਰ ਬਾਣੀਆਂ ਦੇ ਮਾਨ ਨੇ ਤਾਣਿਆਂ ਦੇ ਤਾਰ ਨੇ ਬੋਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੀਆਂ ਦੇ ਚਰਨਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਅਰਦਾਸ ਬੇਨਤੀ ਜੋਦਰੀ ਹੈ ਸਤਿਗੁਰੂ ਜੀ ਆਪਣੀਆਂ ਦਾ ਸਨਮਾਨ ਹੈ ਜਿਹਾ ਚਿਰੀ ਦਿਖਿਆ ਤੇਹਾ ਹੁਕਮ ਕਮਾਏ ਭੱਲੈ ਆਵੈ ਨਾਨਕਾ ਸੱਚੇ ਸੁਖੀ ਜਾਏ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੰਭਾਲੈ ਨਾਨਕਾ ਸਾਰੀ ਗੱਲ ਚੰਗੀ ਦੇ ਮਹਾਂਵਾਕ ਅਨੁਸਾਰ ਆਪ ਜੀ ਦੁਆਰਾ ਭੇਜਿਆ ਜੀਵ ਭਾਈ ਗੁਰਿੰਦਰ ਸਿੰਘ ਜੀ ਆਪ ਜੀ ਦੇ ਹੁਕਮ ਅਨੁਸਾਰ ਕੁਝ ਦਿਨਾਂ ਤੋਂ ਸਤਿਗੁਰੂ ਜੀ ਉਹ ਅਕਾਲ ਚਲਾਣਾ ਕਰਦੇ ਹਨ ਸੁਖਾਂ ਦੇ ਆਤਮਾ ਦੇ ਸੁਖਦਾਇਕ ਦੇ ਸਮੂਹ ਪਰਿਵਾਰ ਨੇ ਰਲ ਮਿਲ ਕੇ ਧੁਰਕੀ ਬਾਣੀ ਆਈ ਤਿੰਨ ਸਕਦੀ ਚਿੰਤ ਮਿਟਾਈ ਦੇ ਅਜਪਾ ਜਾਪ ਸ੍ਰੀ ਸਹਿਜ ਪਾਠ ਦੇ ਆਪਣੇ ਗ੍ਰਹਿ ਵਿਖੇ ਸੇਵਕ ਪਰਿਵਾਰ ਨੇ ਆਰੰਭ ਕਰਵਾਏ ਸਤਿਗੁਰੂ ਜੀ ਗੁਰਬਾਣੀ ਆਦਿ ਤੋਂ ਵੱਧ ਮੱਧ ਉਸੇ ਪਾਤਸ਼ਾਹ ਅੰਮ੍ਰਿਤ ਵੇਲੇ ਭੋਗ ਪਾਏ ਹਨ ਭੋਗ ਤੋਂ ਉਪਰੰਤ ਸਤਿਗੁਰੂ ਜੀ ਆਪ ਦੀਆਂ ਖੁੱਲ੍ਹੇ ਦੀਵਾਨ ਮਾਨਾਂ ਦੇ ਵਿੱਚ ਆਪ ਦੀਆਂ ਦੀ ਹਜ਼ੂਰੀ ਅੰਦਰ ਸਤਿਗੁਰੂ ਜੀ ਕਲਯੁਗ ਮੈਂ ਕਿਰਤਨ ਪ੍ਰਧਾਨਾ ਗੁਰਮੁਖ ਜਪੀਆਂ ਲਾਏ ਧਿਆਨਾ ਸੋ ਭਾਈ ਗੁਰਿੰਦਰ ਸਿੰਘ ਦੇ ਆਤਮਾ ਦੇ ਸੁਖਦਾਇਕ ਦੇ ਕਥਾ ਕੀਰਤਨ ਵਿਚਾਰਾਂ ਹੋਈਆਂ ਸਤਿਗੁਰੂ ਜੀ ਪਾਠੀ ਸਿੰਘਾਂ ਦੇ ਕੋਲੋਂ ਗੁਰਬਾਣੀ ਖੁੱਲਦੇ ਹਾਂ ਕੀਰਤਨੀ ਸਿੰਘਾਂ ਦੇ ਕੋਲੋਂ ਕਥਾ ਕਰਦੇ ਹਾਂ ਸੱਚੇ ਪਾਤਸ਼ਾਹ ਹੁੰਦੇ ਹਾਂ ਪ੍ਰਕਾਰ ਦੀ ਗਿਆਨ ਭੁੱਲਾਂ ਗਲਤੀਆਂ ਟੁੱਟਾਂ ਰਹਿ ਜਾਂਦੀਆਂ ਹਨ ਆਪ ਵੀ ਅਣਜਾਣ ਜਿਹੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਬਾਣੀ ਪੜ੍ਹਨ ਦਾ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਕੀਰਤਨੀ ਸਿੰਘਾਂ ਨੂੰ ਸਾਚਖੰਡ ਵਿਖੇ ਪ੍ਰਵਾਨ ਕਰਨੀ ਗੁਰਬਾਣੀ ਦਾ ਭਾਵ ਸਤਿਗੁਰੂ ਜੀ ਭਾਈ ਗੁਰਿੰਦਰ ਸਿੰਘ ਨੂੰ ਬਖਸ਼ਿਸ਼ ਕਰਨਾ ਆਵਾ ਗਗਨ ਦੇ ਚਰਨਾਂ ਨੂੰ ਪਹੁੰਚਾਉਣਾ ਆਪਣਿਆਂ ਚਰਨਾਂ ਦੇ ਵਿੱਚ ਭਾਈ ਗੁਰਿੰਦਰ ਸਿੰਘ ਨੂੰ ਨਿਵਾਸ ਬਖਸ਼ਿਸ਼ ਕਰਨਾ ਆਪਣਾ ਨਾਚ ਮਾਲ ਵਿੱਚ ਪਹੁੰਚਾਉਣਾ ਸਤਿਗੁਰੂ ਜੀ ਸੇਵਕ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਹੁਕਮ ਤਾਕਤ ਬਖਸ਼ਿਸ਼ ਕਰਨ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਸਤਿਗੁਰੂ ਜੀ ਆਪ ਜੀ ਨੂੰ ਸੁੰਦਰ ਪਹਿਸ਼ਾਵੇ ਦੇ ਭਾਈ ਗੁਰਿੰਦਰ ਸਿੰਘ ਦੇ ਲੋਕ ਪਰਲੋਕ ਵਿੱਚ ਪਰਦੇ ਕਦਰੇ ਜੀ ਬਿਸਤਰਾ ਵਸਤਰ ਬਰਤਨ ਜੋੜਾ ਹਾਜ਼ਰ ਕੀਤਾ ਹੈ ਇਹਨਾਂ ਚੀਜ਼ਾਂ ਦਾ ਭਾਵ ਭਾਈ ਗੁਰਿੰਦਰ ਸਿੰਘ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਨਾ ਮਹਾਰਾਜ ਜੀ ਦਰ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁਲ ਪਿਠਾਵਾ ਪ੍ਰਵਾਨ ਕਰਨੀ ਹੈ ਜੀ ਮਹਾਰਾਜ ਜੀ ਉਹ ਕਿਰਪਾ ਕਰਨੀ ਰਹਿਮਤਾ ਕਰਨੀ ਆ ਸੁੱਖ ਲਖਾਣਾ ਨਗਰ ਭਜਨ ਗੁਰਬਾਣੀ ਦਾ ਪ੍ਰਕਾਸ਼ ਕਰਨਾ ਰਹਿਮਤਾ ਕਰਨੀਆਂ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਆਪ ਜੀਆਂ ਦੀ ਹਜ਼ੂਰੀ ਅੰਦਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਕੀਤੀ ਹੈ ਭੋਗ ਲਾਉ ਜੀ ਲੱਗਿਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਛਕੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਸੁਣਾ ਕੇ ਸੰਗਤ ਨੂੰ ਨਿਹਾਲੋ ਨਿਹਾਲ ਕਰੋ ਹੁਕਮਨਾਮਿਆਂ ਦੇ ਰੇਤ ਦਸਤੀਆਂ ਉੱਤੇ ਚੱਲਣ ਦਾ ਬਲ ਬਖਸ਼ੋ ਜੀ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਜਲਦੀ ਤੇਰੇ ਭਾਈ
ਵਾਹਿਗੁਰੂ ਜੀ ਕਾ ਖਾਲਸਾ ਦੋਹਰਾਇਆ ਗਿਆ ਪਈਆ ਕਾਲ ਕੀ ਤਦ ਜਲਾਇਓ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਬੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਜਿਹੜਾ ਹਰ ਰਸ ਚੱਖਿਆ ਸੋ ਹਰ ਜਨ
बेनती करके धन्यवाद लई कहा जाए
क्योंकि समा भी बहुत हो गया और लीडर साहबान भी अफसर साहबान भी सारे ही हाजिर बैठे ने। मेरे ख्याल से जो किसी समा ना दिता गया तो असी समझते हैं कि ठीक नहीं है। इस करके सारे ही बुलारियों को माफी भी चाहते हैं और कुछ शोक संदेश भी आए ने। सब तो पहला सरकारी सेकेंडरी स्कूल अमलोह लड़के इन्हों वालों शोक सुनेहा आया, इन्हों का धन्यवाद करते हैं। प्रिंसीपल SNAS इन्हों वालों भी शोक संदेश है। बलजीत सिंह जी पेशी शिवसेना समाजवादी वालों इन्हों वालों भी शोक संदेहा। सेहत मंत्री श्री ब्रह्म महिंद्रा जी वालों कैबिनेट मंत्री इन्हों वालों भी शोक संदेहा। इन्हों सारे ही सज्जनों का धन्यवाद करते हैं परिवार वालों और सज्जन मित्रों वालों और सरदार साधु सिंह जी कैबिनेट मंत्री वो बैठे ने, उन्होंने बेनती करते हैं कि परिवार वालों हुक्म होया कि वो आके आई हुई संगत का धन्यवाद कर, क्योंकि सरदार करनैल सिंह जी और सरदार करनैल सिंह जी का परिवार तकरीबन इन्होंने जाति तौर पर 30 साल तो जुड़े हुए हैं और सरदार साहब सिंह जी को बेनती करता कि आई हुई संगत का धन्यवाद कर। काका गुरिंदर सिंह जी की अंतम अरदास के साहिब श्री गुरु ग्रंथ साहब की हजूरी जो बैठी सात संग जी, वाहेगुरु जी का खालसा वाहेगुरु जी की फतेह। औखी घड़ी ना देख औखी घड़ी ना देख दे अपना बिद संभाले मेरे पातशाह। दुख झल सकिए अरदास और अज का दुखान मेरे भी सरदार करनैल सिंह होना का एक इकलौता बेटा इस दुनिया को अलविदा कह के चलिया गया है। ये ऐसा दुख है ना कहा जा सकता है सत्संग जी ना सहा जा सकता है। सह अवै बहुत बड़ा दुख और गुरु भी मन नहीं कर रहा मैं गुरना का भी नहीं अरदास भी गवा लीए उस तो वड्डी गल कहन वाला कोई नजर नहीं आता। अज बहुत ही वड्डा दुख है जिस तन लगियां सोई तन जाने वो जाने पीड़ित है पर कुछ कर नहीं सकते असमर्थ हाँ। किन्ने लोग हजारों की गिनती दे विच अज भी जिस दिन तो यह भाणा वापरिया सरदार करनैल सिंह उन्हां नाल दुख सांझा करके गए ने इस तो वड्डा कोई चारा नहीं। गुरु की हाजरी संगत बैठ के अरदास होई है गुरु कृपा करे इस परिवार को वीर करनैल सिंह को सारे परिवार को भाणा मनण का बल बख्श और परिवार को हुक्म होया आई हुई संगत का कोटन कोट धन्यवाद किया जाता है परिवार वालों। तुसी आके परिवार को ढास दिती है तुहाडा सारिया का एक एक कदम चलिया परिवार के सिर मत्ते है। बहुता कुछ ना कहता हुआ मन चो कोई गल नहीं निकल रही कि तुहाडा सारिया का कोटन कोट धन्यवाद पुर चुक दी माफी
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਹਿਬ ਸਿੰਘ ਜੀ ਦਾ ਵੀ ਜਿਹਨਾਂ ਦੇ ਵਿਸਤਾਰ ਦੇ ਟਾਈਮ ਨੂੰ ਦੇਖਦੇ ਹੋਏ ਪਰਿਵਾਰ ਵੱਲੋਂ ਧੰਨਵਾਦ ਕੀਤਾ ਜੀਤਾ ਕਰਦਾ ਸੀ ਕਿਉਂਕਿ ਪੁਲਿਸ ਪ੍ਰਸ਼ਾਸਨ ਕਾਕਾ ਰਣਦੀਪ ਸਿੰਘ ਜੀ MLA ਬਲੋਕ ਉਹ ਵੀ ਪਹੁੰਚੇ ਨੇ ਔਰ ਹਰਿੰਦਰ ਸਿੰਘ ਜੀ ਖਾਲਸਾ MP ਸਾਹਿਬ ਉਹ ਵੀ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਖਾਸ ਕਰਕੇ ਧੰਨਵਾਦ ਕਰਦੇ ਹਾਂ ਖਾਲਸਾ ਜੀ ਦਾ ਕਿਉਂਕਿ ਉਹਨਾਂ ਨੇ ਦੋਸਤਾਂ ਦੇ ਕਹਿਣ 'ਤੇ ਇੱਕ ਬੇਨਤੀ ਪ੍ਰਵਾਨ ਕੀਤੀ ਹੈ ਖਾਲਸਾ ਜੀ ਵੱਲੋਂ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਲਾਇਬ੍ਰੇਰੀ ਲਈ ਕਾਕਾ ਨਰਿੰਦਰ ਜੀ ਦੀ ਯਾਦ ਦੇ ਵਿੱਚ 5 ਲੱਖ ਰੁਪਈਆ ਐਲਾਨ ਕਰਨ ਲਈ ਹੁਕਮ ਕੀਤਾ ਸੀ ਸੋ ਖਾਲਸਾ ਜੀ ਦਾ ਇਸ ਗੱਲ ਤੋਂ ਧੰਨਵਾਦ ਕਰਦੇ ਹਾਂ ਔਰ ਕਾਕਾ ਜੀ ਦਾ ਵੀ ਧੰਨਵਾਦ ਕਰਦੇ ਹਾਂ ਇੱਕ ਬੇਨਤੀ ਹੋਰ ਇੱਕ ਛੋਟਾ ਜਿਹਾ ਉਪਰਾਲਾ ਕਾਕਾ ਨਰਿੰਦਰ ਜੀ ਦੀ ਸਦਾ ਲਈ ਯਾਦ ਨੂੰ ਤਾਜ਼ਾ ਰੱਖਣ ਲਈ ਸਰਦਾਰ ਕਰਨੈਲ ਸਿੰਘ ਜੀ ਦੇ ਯਾਰਾਂ ਦੋਸਤਾਂ ਨੇ ਇਕੱਠੇ ਹੋ ਕੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਇਹਨਾਂ ਨੇ ਆਪਣੇ ਵੱਲੋਂ ਮੈਨੂੰ ਹੁਕਮ ਹੋਇਆ ਕਿ ਮਾਇਆ ਦਾ ਨਾਂ ਤਾਂ ਨਾ ਲਿਓ ਤਿਲ ਫੁੱਲ ਕੀਤੀ ਹੈ ਕੁਛ ਇਕੱਠੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਉਹ ਮਾਇਆ ਲੈ ਲੈਣ ਔਰ ਜਿਸ ਤਰ੍ਹਾਂ ਪਰਿਵਾਰ ਨਾਲ ਰਾਏ ਹੋਵੇ ਔਰ ਵਰਿੰਦਰ ਜੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਹ ਮਾਇਆ ਨੂੰ ਉਸ ਜਗ੍ਹਾ 'ਤੇ ਲਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਦਾ ਲਈ ਗੁਰਿੰਦਰ ਕਾਕਾ ਗੁਰਿੰਦਰ ਜੀ ਦੀ ਯਾਦ ਹੈ ਜਿਹੜੀ ਉਹ ਤਾਜ਼ੀ ਰਹੇ ਇੱਕ ਵਾਰ ਫਿਰ ਆਈ ਹੋਈ ਸਾਧ ਸੰਗਤ ਦਾ ਧੰਨਵਾਦ ਕਰਦੇ ਹਾਂ ਔਰ ਬੇਨਤੀ ਹੈ ਕਿ ਚਾਹ ਦਾ ਲੰਗਰ ਤਿਆਰ ਹੈ ਚਾਹ ਜ਼ਰੂਰ ਛੱਕ ਕੇ ਜਾਣੀ ਹੈ ਜਿਸ ਮਾਈ ਭਾਈ ਨੇ ਪ੍ਰਸ਼ਾਦਾ ਨਹੀਂ ਛਕਿਆ ਉਹ ਪ੍ਰਸ਼ਾਦਾ ਲੈ ਕੇ ਜਾਣ ਦੀ ਸਿੱਖਿਆ ਕਰੇ ਇੱਕ ਵਾਰ ਫਿਰ ਧੰਨਵਾਦ ਕਰਦੇ ਹੋਏ ਮਾਫ਼ੀ ਚਾਹੁੰਦੇ ਹਾਂ ਜੇ ਕੋਈ ਗਲਤੀ ਹੋ ਗਈ ਹੋਵੇ ਜਾਂ ਕੋਈ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।